الرحمن الرحیم السلام علیکم ناظرین تسی ویکھ رہے ہو پنجابی ولاگر تے میں ہاں ملک ایاز سلیم ایڈوکیٹ ناظرین اج اسی ایک نویں پنڈ دے نال تہاڈی خدمت وچ حاضر ہوئے ہاں تے اج تہانوں اسی پسرور دے ایک نواہی پنڈ جدا ناں قادیاں والی ہے اودی سیر کران جاواں گے اے پسرور چوندا روڈ دے اوتے متے کی سٹاپ تو تقریبا 1.5 کلومیٹر چڑھدے دی طرف واقع ہے تے اج اس پنڈ دے لوکاں نال گل کر کے اے جاننے دی کوشش کران گے کہ انہاں دے مسائل کی نے اور دوسرا اے وی جانن دی کوشش کران گے کہ انہاں موجودہ حکومت توں کی امید لائیے کہ وہ انہاں دے کیڑے کیڑے مسائل نوں حل کرے تے تسی ساڈے نال رہنا اج تہانوں اسی قادیاں والی دی سیر کراواں السلام علیکم وعلیکم السلام جی کی حال جی ٹھیک ہو الحمدللہ تہاڈا کی ناں ہے محمد افضل باجوا تہاڈے پنڈ دا کی ناں ہے قادیاں والی قادیاں والی ایدی کنی گھر نے ایتھے قادیاں والی چ تقریباً 150-200 ہے تے ووٹ کنے کون گئے تھے 350-400 ہے ਇੱਥੇ ਕਿਹੜੀ ਕਿਹੜੀ ਜਿਹੜੀ ਕੌਮ ਜਾਂ ਕਿਹੜੀ ਕਿਹੜੀ ਆਪਣਾ ਬਰਾਦਰੀ ਰਹਿ ਰਹੀ ਹੈ ਬਰਾਦਰੀਆਂ ਇੱਥੇ ਤਕਰੀਬਨ ਸਾਰੀਆਂ ਹੀ ਨੇ ਲੇਕਿਨ ਜ਼ਿਆਦਾ ਜਿਹੜੀ ਅਕਸਰੀਅਤ ਹੈ ਉਹ ਜੱਟ ਬਾਜਵਾ ਬਰਾਦਰੀ ਦੀ ਅਤੇ ਮਸਾਇਲ ਕੀ ਨੇ ਭਲਾ ਆਪਣੇ ਪਿੰਡ ਦੇ ਮਸਾਇਲ ਇਵੇਂ ਕਿ ਸਰ ਜਿਹੜੇ ਆਮ ਸਾਰੇ ਤਕਰੀਬਨ ਹਰ ਜਗ੍ਹਾ 'ਤੇ ਹੁੰਦੇ ਨੇ ਗਲੀਆਂ ਨਾਲੀਆਂ ਦੇ ਨੇ ਰਸਤਿਆਂ ਦੇ ਨੇ ਅਤੇ ਮੇਨ ਮਸਲਾ ਜਿਹੜਾ ਉਹ ਸਾਡੇ ਜਿੰਨੀ ਜ਼ਮੀਨ ਹੈ ਪਿੰਡ ਦੀ ਉਹ ਇਸਤੇਮਾਲ ਹੋਈ ਹੈ 66 ਦੇ ਵਿੱਚ ਉਹਦੇ ਤੋਂ ਬਾਅਦ ਹੋਈ 96-97 ਦੇ ਵਿੱਚ ਅਤੇ ਸਾਰਾ ਪਿੰਡ ਜਿਹੜਾ ਉਹ ਮਤਲਬ ਤਕਰੀਬਨ 80% ਲੋਕ ਜਿਹੜੇ ਨੇ ਉਹ ਰਾਜ਼ੀ ਨਹੀਂ ਇਸਤੇਮਾਲ ਕਰਵਾਉਣ ਦੇ ਵਿੱਚ ਅਤੇ ਇੱਕ ਜਾਜੋਪੁਰ ਦਾ ਇੱਕ ਬੰਦਾ ਬਾਊ ਨਜ਼ੀਰ ਉਹਨੇ ਇਸਤੇਮਾਲ ਬਾਹਰੋਂ ਬਾਹਰ ਨਾਲ ਜਿਹੜਾ ਉਹ 2 ਨੰਬਰੀ ਕਰਕੇ ਕਰਵਾ ਦਿੱਤੀ ਅਤੇ ਉਹ ਕਬਜ਼ੇ 'ਚੋਂ ਕਿ ਪੁਰਾਣੇ ਨੇ ਸਾਡਾ ਕੇਸ ਜਿਹੜਾ ਉਹ ਰੈਵਨਿਊ ਬੋਰਡ ਆਫ ਲਾਹੌਰ ਦੇ ਵਿੱਚ ਸੀ ਉੱਥੋਂ ਵੀ ਉਹਨਾਂ ਜਿਹੜਾ ਉਹ ਕੈਂਸਲ ਕਰਵਾ ਦਿੱਤਾ ਪੈਸੇ ਵਾਲੇ ਬੰਦੇ ਨੇ ਅਤੇ ਇਹ ਲੋਕ ਜਿਹੜੇ ਨੇ ਸਾਰੇ ਤਕਰੀਬਨ ਜਿਹੜੇ ਨੇ ਮਜ਼ਦੂਰ ਤਬਕਾ ਹੀ ਮਾੜੇ ਲੋਕ ਨੇ ਇੰਨੇ ਪੈਸੇ ਨਹੀਂ ਲਾ ਸਕਦੇ ਉਹ ਉਹਨੇ ਇੱਥੇ ਤਕਰੀਬਨ 30 ਕਿੱਲੇ ਮੁੱਲ ਲਈ ਹੈ ਬਾਕੀ ਜਿਹੜੀ ਉਹ ਐਸੇ ਰੁਕੀ ਇਸ ਟਾਈਮ 90 ਕਿੱਲੇ ਤੋਂ ਕਾਬਾ ਦੇ 90 ਕਿੱਲਿਆਂ 'ਤੇ ਕਾਬਾ ਦੇ ਅਤੇ ਦੂਸਰਾ ਲੋਕਾਂ ਦੀਆਂ ਕਈ ਘਰ ਵਾਲੀਆਂ ਜਗ੍ਹਾ ਵੀ ਜਿਹੜੀਆਂ ਨੇ ਉਹ ਵੀ ਉਹਨੇ ਪਵਾ ਲਈਆਂ ਉਹਨੇ ਅਤੇ ਉਸ ਵਜ੍ਹਾ ਤੋਂ ਕਾਫੀ ਸਾਰੇ ਲੋਕ ਪਰੇਸ਼ਾਨ ਨੇ ਅਤੇ ਕਿੰਨੇ ਕੁ ਲੋਕਾਂ ਦਾ ਮਾਮਲਾ ਜਿਹੜਾ ਸਾਰੇ ਪਿੰਡ ਦਾ ਹੀ ਹੈ ਸਾਰੇ ਪਿੰਡ ਦੇ ਹਾਂਜੀ ਕਿਉਂਕਿ ਸਾਰੀਆਂ ਬਰਾਦਰੀਆਂ ਦੇ ਜਿਹੜੇ ਦੂਸਰੇ ਲੁਹਾਰ ਹੋ ਗਏ ਜਾਂ ਮਤਲਬ ਮਿਰਜ਼ਾ ਬਰਾਦਰੀ ਹੈ ਜਾਂ ਫਕੀਰ ਨੇ ਜਾਂ ਨਾਈ ਨੇ ਜਾਂ ਜੱਟ ਬਰਾਦਰੀ ਹੈ ਇਹ ਸਾਰੀਆਂ ਦੀ ਪੈਲੀ ਹੈ ਨਾ ਅਤੇ ਜ਼ਾਹਰ ਹੈ ਜਿਹਦੀ ਪੈਲੀ ਹੈ ਪੈਲੀ ਵਾਲਿਆਂ ਨੂੰ ਮਸਲਾ ਹੈ ਸਾਰਾ ਕਿੰਨੀ ਦੇਰ ਤੋਂ ਕਬਜ਼ਾ ਕੀਤਾ ਉਹਨੇ ਇਹ 96-97 ਵਿੱਚ ਉਹਨੇ ਇਸਤੇਮਾਲ ਕਰਵਾਈ ਹੈ ਅਤੇ ਉਦੋਂ ਦਾ ਹੀ ਉਹ ਤਕਰੀਬਨ ਜਿਹੜਾ ਨਾ ਉਹ ਮਤਲਬ ਉਹ 2 ਨੰਬਰੀ ਕਰਕੇ ਉਹਨੇ ਕੀਤਾ ਅਤੇ ਪਿੰਡ ਵਾਲਿਆਂ ਨਾਲ ਸਾਰਿਆਂ ਇਕੱਠਿਆਂ ਹੋ ਕੇ ਅਤੇ ਉਹਨਾਂ ਉਦੋਂ ਦਾ ਕੇਸ ਕੀਤਾ ਲੇਕਿਨ ਕਿਸੇ ਪਾਸੇ ਵੀ ਕੋਈ ਇਹਦਾ ਸੁਣਵਾਈ ਨਹੀਂ ਹੋਈ ਤੇ ਸਾਨੂੰ ਆਪਣਾ ਪਿੰਡ ਵਿਖਾਓਗੇ ਜੀ ਬਿਲਕੁਲ ਇਨਸ਼ਾਅੱਲਾ ਚਲੋ ਦੋਸਤੋ ਅੱਜ ਦਾ ਵਲੌਗ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਦਰਖਾਸਤ ਕਰਾਂਗਾ ਕਿ ਜਿਸ ਜਿਸ ਦੋਸਤ ਨੇ ਸਾਡਾ ਚੈਨਲ ਲਾਈਕ ਨਹੀਂ ਕੀਤਾ ਫਾਲੋ ਨਹੀਂ ਕੀਤਾ ਉਹ ਲਾਈਕ ਔਰ ਫਾਲੋ ਕਰ ਲੇ ਮਸਲਾ ਤਾਂ ਭਾਈ ਜੀ ਫਿਲਹਾਲ ਪਹਿਲਾ ਵੱਡਾ ਮਸਲਾ ਇਹੋ ਜਿਹਾ ਕਿ ਸਾਡੇ ਪਿੰਡ ਸਰਕਾਰੀ ਸਕੂਲ ਕੋਈ ਨਹੀਂ ਸਕੂਲ ਹੀ ਕੋਈ ਨਹੀਂ ਤੁਹਾਡੇ ਪਿੰਡ 'ਚ ਨਾ ਜੀ ਏਡੀ ਵੱਡਾ ਪਿੰਡ ਹੈ ਸਾਡਾ 250-350 ਪਿੰਡ ਦਾ ਘਰ ਹੈ ਅਤੇ ਮਸਲਾ ਇਹ ਕਿ ਸਕੂਲ ਕੋਈ ਨਹੀਂ ਸਾਡੇ ਪ੍ਰਾਇਮਰੀ ਸਕੂਲ ਵੀ ਕੋਈ ਨਹੀਂ ਪ੍ਰਾਇਮਰੀ ਸਕੂਲ ਵੀ ਕੋਈ ਨਹੀਂ ਅਤੇ ਬਾਕੀ ਇਮਾਰਤ ਬਣੀ ਸੀ ਉਹ ਜਿਹੜੀ ਉਹ ਚੋਰੀਆਂ ਨੇ ਢਾਹ ਕੇ ਅਤੇ ਆਪਣੀ ਪੈਲੀ ਦੇ ਵਿੱਚ ਪਾ ਲਈ ਹੈ ਇੱਟਾਂ ਉਹਦੀਆਂ ਚੁੱਕ ਕੇ ਲੋਕ ਲੈ ਗਏ ਨੇ ਬਾਕੀ ਹੁਣ ਬੱਚੇ ਜਿਹੜੇ ਨੇ ਉਹ ਜ਼ਲੀਲ ਹੋਣ ਡਏ ਨੇ ਖੁਆਰ ਹੋਣ ਡਏ ਨੇ ਕੋਈ ਲੱਪੇ ਵਾਲੀ ਜਾ ਰਿਹਾ ਕੋਈ ਵੈਂਸੀ ਜਾ ਰਿਹਾ ਕੋਈ ਬੱਚੇ ਚਵਿੰਡੇ ਜਾ ਰਹੇ ਨੇ ਰਸਤਾ ਸਾਡੇ ਪਿੰਡ ਦਾ ਕੋਈ ਨਹੀਂ ਸੜਕ ਕੋਈ ਨਹੀਂ ਸਾਰੀਆਂ ਟੁੱਟੀਆਂ ਪਈਆਂ ਨੇ ਆਉਣ ਜਾਣ ਦਾ ਮਸਲਾ ਬਣਿਆ ਵੱਡੀ ਮਸਲਾ ਇਹ ਵੀ ਕਿ ਸਾਡਾ ਸਕੂਲ ਕੋਈ ਨਹੀਂ ਅਸਲਾਮ ਵਾਲੀਕੁਮ ਜੀ ਵਾਲੇਕੁਮ ਸਲਾਮ ਕੀ ਹਾਲ ਜੀ ਠੀਕ ਅਲਹਮਦੁਲਿਲਾ ਜੀ ਅੱਲਾਹ ਆਪਣਾ ਕੀ ਨਾਂ ਹੈ ਇਫਤਖਾਰ ਅਹਿਮਦ ਇਫਤਖਾਰ ਭਾਈ ਕੀ ਕਰਦੇ ਹੋ ਮੈਂ ਬੇਸਿਕਲੀ ਤੇ ਸਕੂਲ ਓਨਰ ਹਾਂ ਅੱਛਾ ਤੇ ਨਾਲ ਹੈ ਛੋਟਾ ਮੋਟਾ ਜ਼ਿਮੀਦਾਰ ਵੀ ਅੱਛਾ ਅਸੀਂ ਅੱਜ ਤੁਹਾਡਾ ਪਿੰਡ ਵਿਖਾ ਰਹੇ ਹਾਂ ਤੇ ਅਸੀਂ ਇਹ ਵੀ ਜਾਣਨਾ ਚਾਹੁੰਦੇ ਕਿ ਤੁਹਾਡੇ ਪਿੰਡ ਦੇ ਮਸਾਇਲ ਕੀ ਨੇ ਬਹੁਤ ਸ਼ੁਕਰੀਆ ਜੀ ਤੁਸੀਂ ਪਿੰਡ ਆਏ ਔਰ ਮਸਾਇਲ ਦੇ ਮੁਤਲਕ ਗੱਲਬਾਤ ਕੀਤੀ ਹੈ ਮਸਾਇਲ ਬੇਸਿਕਲੀ ਤੇ ਹਰ ਜਗ੍ਹਾ ਤੇ ਹੁੰਦੇ ਨੇ ਓਵਰਆਲ ਵਰਲਡ ਦੇ ਲੈਵਲ ਤੇ ਵੀ ਮਸਾਇਲ ਨੇ ਫਿਰ ਪਾਕਿਸਤਾਨ ਦੇ ਮਸਾਇਲ ਨੇ ਪਿੰਡ ਦੀ ਸਤਾ ਤੇ ਕਈ ਕਿਸਮ ਦੇ ਮਸਾਇਲ ਨੇ ਜਿਨ੍ਹਾਂ ਵਿੱਚੋਂ ਇੱਕ ਮਸਲਾ ਤੇ ਸਫਾਈ ਦੇ ਲਿਹਾਜ਼ ਨਾਲ ਹੈ ਸਾਡੇ ਪਿੰਡ ਦੇ ਦਰਮਿਆਨ 'ਚ ਅਗਰ ਤੁਸੀਂ ਗੁਜ਼ਰੇ ਹੋ ਤੇ ਉੱਥੇ ਕੋ ਤਕਰੀਬਨ 50 ਮਰਲੇ ਦੇ ਕਰੀਬ ਜਗ੍ਹਾ ਜਿਹਦੇ ਵਿੱਚ ਗੰਦਾ ਪਾਣੀ ਇਕੱਠਾ ਹੋ ਜਾਂਦਾ ਜਿਹਨੂੰ ਇਹ ਛੱਪੜ ਕਹਿੰਦੇ ਜਿਹੜਾ ਛੱਪੜ ਹੁੰਦਾ ਹਾਂ
ਉਹ ਛੱਪੜ ਅਗਰ ਖਤਮ ਹੋ ਜਾਏ, ਕਿਉਂਕਿ ਹੁਣ ਨਿਕਾਸੀ ਵਾਸਤੇ ਸਾਡੇ ਪਿੰਡ ਕੋਲੋਂ ਸੀਵਰੇਜ ਇੱਥੋਂ ਗੁਜ਼ਰਦੀ ਹੈ, ਉਹ ਸੀਵਰੇਜ ਵਿੱਚ ਨਿਕਾਸੀ ਦਾ ਪਾਣੀ ਸਾਰਾ ਆ ਸਕਦਾ। ਔਰ ਉਹ ਜਿਹੜੀ ਇੰਨੀ ਜਗ੍ਹਾ ਹੈ, ਇੱਕ ਤਾਂ ਸਫਾਈ ਦਾ ਮਸਲਾ ਬਣ ਜਾਏ, ਫਿਰ ਹੈ ਵੀ ਪਿੰਡ ਦੇ ਵਿੱਚ ਉਹਦੀ ਆਹਿਸਤਾ ਆਹਿਸਤਾ ਪੈਨੀਟ੍ਰੇਸ਼ਨ ਹੋ ਕੇ ਅਤੇ ਲੋਕਾਂ ਦੀ ਜਿਹੜੀ ਨਲਕੇ ਨੇ ਉਹ ਖਰਾਬ ਹੋ ਗਏ ਨੇ, ਉਹਦਾ ਪਾਣੀ ਖਰਾਬ ਹੋ ਗਿਆ। ਇਹਦੇ ਨਾਲ ਜਦੋਂ ਛੱਪੜ ਖਤਮ ਹੋ ਜਾਏਗਾ ਉਹਨੂੰ ਅਸੀਂ ਯੂਜ਼ ਕਰ ਸਕਦੇ ਹਾਂ, ਕਮਿਊਨਿਟੀ ਸੈਂਟਰ ਬਣ ਸਕਦਾ ਉਸ ਜਗ੍ਹਾ ਦੇ ਉੱਤੇ, ਔਰ ਮੁਸ਼ਤਰਕਾ ਇੱਕ ਜਗ੍ਹਾ ਬਣ ਸਕਦੀ ਹੈ ਜਿਹਨੂੰ ਸਾਫ਼ ਸੁਥਰਾ ਕਰਕੇ ਲੋਕਾਂ ਦੀ ਗਮੀ ਖੁਸ਼ੀ ਦੇ ਵਿੱਚ ਬਹਿਣ ਦਾ ਇੱਕ ਜ਼ਰੀਆ ਬਣ ਜਾਂਦਾ। ਸਭ ਤੋਂ ਵੱਡਾ ਤਾਂ ਪੈਲੀਆਂ ਦਾ ਜਿਹੜੀ ਉਹਨਾਂ ਧੋਖੇ ਨੇ ਇਸਤੇਮਾਲ ਕਰਵਾਈ ਦੀ ਹੈ। ਅੱਛਾ, ਨਾ ਕਿਸੇ ਨੂੰ ਪੁੱਛਿਆ, ਨਾ ਕਿਸੇ ਨੂੰ ਗਿੱਛਿਆ, ਨਾ ਪੈਲੀ ਚੁੱਕਣ ਲੱਗਿਆ ਪੁੱਛਿਆ, ਇਸੇ ਹੀ ਪਾਛੜੀ ਦੀ ਹੈ। ਜਿਹਦੀ ਪਿੰਡ ਸੀ ਉਹਨੂੰ ਤਾਂ ਬਾਰਡਰ 'ਤੇ ਕੱਢ ਛੱਡਿਆ ਇਹਦਾ, ਅਤੇ ਘਰਾਂ ਵਾਲੀਆਂ ਜਗ੍ਹਾ ਜਿਹਾ ਉਹ ਵੀ ਪਾਛੜੀਆਂ ਦੀਆਂ ਨੇ। ਕਿੰਨੇ ਪਾਈਆਂ ਨੇ? ਜਾਜੋਪੁਰ ਦਾ ਬਾਊ ਹੈ ਕੋਨੇ, ਇੱਕ ਮੁਹੰਮਦ ਆਲਮ ਸੀ। ਇਹਦੇ ਇਸ ਮਾਮਲੇ ਦੀ ਵਜ੍ਹਾ ਤੋਂ ਕਿੰਨੇ ਲੋਕ ਡਿਸਟਰਬ ਹੁੰਦੇ ਨੇ, ਕਿੰਨੇ ਲੋਕਾਂ ਦਾ ਮਸਲਾ ਹੈ? ਪੂਰਾ ਹੀ ਪਿੰਡ ਹੀ 'ਚ, ਪੂਰੇ ਪਿੰਡ ਦਾ ਹੀ ਮਸਲਾ, ਪੂਰਾ ਹੀ ਪਿੰਡ ਦਾ ਮਸਲਾ ਹੈ। ਮਾਮਿਰਪਾਲ ਸਾਹਿਬ, ਤੁਹਾਡੇ ਪਿੰਡ ਦੇ ਕੀ ਕੀ ਮਸਲੇ ਨੇ? ਸਾਡੇ ਪਿੰਡ ਦਾ ਮੇਨ ਮਸਲਾ ਇਹ ਵੇ ਵੀ ਸਾਡੇ ਪਿੰਡ ਦੀ ਜ਼ਮੀਨ ਜਿਹੜੀ ਹੈ 1994 ਦੇ ਵਿੱਚ ਇੱਥੇ ਇਸਤੇਮਾਲ ਦਾ ਪਟਵਾਰੀ ਬੈਠਾ ਸੀ, ਉਹਦੀ ਉਹ ਆਪਣਾ ਨਾ ਉਹਨੇ ਇਸਤੇਮਾਲ ਕਰਨੀ ਸ਼ੁਰੂ ਕੀਤੀ, ਇਹਨਾਂ ਪਿੰਡ ਵਾਲਿਆਂ ਸਟੇ ਲਿਆਂਦਾ, ਉਹਨਾਂ ਕੀਤਾ ਚਵੰਡੇ ਬਹਿ ਕੇ ਇਸਤੇਮਾਲ ਕਰ ਛੜੀ। ਇਹ ਵਿਚਾਰੇ ਦੌੜਦੇ ਭੱਜਦੇ ਰਹੇ ਨੇ, ਹੁਣ ਤੱਕ ਕਿਤੇ ਇਨਸਾਫ ਨਹੀਂ ਮਿਲਦਾ ਪਿਆ। ਇੱਥੇ ਲੜਾਈਆਂ ਝਗੜੇ ਅਤੇ ਹਰ ਵੇਲੇ ਪਰਚੇ, ਅਤੇ ਉਹ ਆਪਣਾ ਉਹ ਮਹਿਕਮੇ ਨੇ ਕੀਤੀ, ਉਹ ਮਹਿਕਮਾ ਸੁਣਦਾ ਹੀ ਨਹੀਂ ਪਿਆ। ਬਥੇਰਾ ਆਪਣਾ ਇਹਨਾਂ ਚੇਂਜ ਕੀਤੀਆਂ ਨੇ, ਅਦਾਲਤਾਂ ਵੀ ਅੱਗੇ ਪਿੱਛੇ ਜਾਂਦੇ ਨੇ ਪਏ, ਉਹ ਇਨਸਾਫ ਹੀ ਨਹੀਂ ਮਿਲਦਾ ਪਿਆ। ਤੋ ਇਮਰਾਨ ਖਾਨ ਨਾਲ ਤਾਂ ਇਹੀ ਅਸੀਂ ਕਰਨ ਗੱਲ ਕਰਨਾ ਚਾਹੁੰਦੇ ਹਾਂ ਕਿ ਸਾਨੂੰ ਇਨਸਾਫ ਚਾਹੀਦਾ, ਪੁਰਾਣੀ ਇਸਤੇਮਾਲ ਜਿਹੜੀ ਹੈ ਉਹ ਜਿਹੜੀ ਹੈ ਆਪਣਾ ਸਾਨੂੰ ਉਹ ਚਾਹੀਦੀ ਹੈ। ਅਤੇ ਇਸ ਤਰ੍ਹਾਂ ਤਾਂ ਇਹ ਤਾਂ ਪਿੰਡਿਆਂ ਨੂੰ ਵੀ ਉਹ ਠਾਲਣ ਨੂੰ ਫਿਰਦੇ ਨੇ ਪਏ, ਬਾਈ ਜੀ ਇਹ ਵੀ ਸਾਰੀ ਉਹ ਵਿੱਚੇ ਹੀ ਆਉਂਦੀ ਹੈ। ਅਤੇ ਲਾਗੇ ਲਾਗੇ ਉਹ ਪੈਲੀ ਚੰਗੀ ਚੰਗੀ ਉਹਨਾਂ ਪਵਾ ਲਈ ਹੈ, ਦੂਰ ਦੂਰ ਜਿਹੜੀ ਉਹ ਇਹਨਾਂ ਲੋਕਾਂ ਨੂੰ ਪਾ ਕੇ ਤਾਂ ਵਿਚਾਰੇ ਖੱਜਲ ਹੋਣ ਡਏ ਨੇ। ਪਹਿਲਾਂ ਹੈ ਸੀ ਜੀ ਸਕੂਲ ਉਸ ਜਗ੍ਹਾ 'ਚ, ਅਤੇ ਇਹਨਾਂ ਆਸਤਾ ਆਸਤਾ ਉਹ ਸਕੂਲ ਖਤਮ ਕਰ ਦਿੱਤਾ, ਉਹ ਇਹਨਾਂ ਫਿਰ ਦੂਜਿਆਂ ਦੰਬਲਾਂ ਨੇ ਪਾ ਲਿਆ। ਕਿਵੇਂ ਹੋ ਗਿਆ ਤੁਸੀਂ ਸਾਰੇ ਪਿੰਡ ਦੇ ਵਿੱਚ ਹੁੰਦੇ ਹੋ, ਤੁਹਾਡਾ ਸਕੂਲ ਖਤਮ ਕਰ ਰਿਹਾ ਕਿਸੇ? ਮਸਲਾ ਐਵੇਂ ਜਦੋਂ ਤਗੜੇ ਬੰਦੇ ਕੰਮ ਕਰਦੇ ਤਾਂ ਮਾੜੇ ਅਸੀਂ ਕੀ ਕਰ ਸਕਦੇ ਹਾਂ। ਤੁਹਾਨੂੰ ਹਕੂਮਤ ਨੂੰ ਤਾਂ ਦੱਸਣਾ ਸੀ ਨਾ ਕਿ ਸਾਡਾ ਸਕੂਲ ਢਾਣ ਡਏ ਨੇ। ਹਕੂਮਤ ਕਦੋਂ ਕੁਝ ਕਰਦੀ ਹੈ? ਮੇਰੇ ਖਿਆਲ ਨਾਲ ਕੁਛ ਨਹੀਂ ਕਰਦੀ। ਅਸੀਂ ਤਾਂ ਨਸ ਨਸ ਕੇ 30-40 ਸਾਲ ਹੋ ਗਏ ਨਸ ਨਸ ਕੇ ਮਰ ਗਏ ਹਾਂ ਜ਼ਮੀਨ ਦੇ ਬਾਰੇ, ਅਤੇ ਕੁਛ ਨਹੀਂ ਕਰਦੀ। ਕੇਸ ਕਰਵਾਉਂਦੇ ਹਾਂ ਤਾਂ ਫਿਰ ਬਸ ਖਤਮ ਹੋ ਜਾਂਦਾ, ਫਿਰ ਕਰਵਾਉਂਦੇ ਹਾਂ ਫਿਰ ਖਤਮ ਹੋ ਜਾਂਦਾ, ਇਸੇ ਰੌਲੇ 'ਚ ਫਿਰ ਨੇ। ਅਲੀ ਰਜ਼ਾ ਅਲੀ ਬਾਈ, ਇਹ ਕੀ ਲੱਕੜੀਆਂ ਲਾਈਆਂ ਜੇ ਇਹ ਚੌਕ ਦੇ ਵਿੱਚ ਤੋੜ ਲੱਗੀਆਂ? ਸਰਕਾਰ ਦੀ ਆਮਦ ਆਮਦ ਦੇ ਦਿਨ ਨੇ, ਅੱਜ 3 ਹੋ ਗਈ ਹੈ, ਠੀਕ ਹੈ। 12 ਰਬੀ ਅਵਲ ਦਾ ਜਲੂਸ ਕਾਦੀਆਂ ਵਿੱਚ ਨਿਕਲਦਾ ਹੈ, ਅਤੇ ਆਪਣਾ ਗਲੀਆਂ ਦੀਆਂ ਤਿਆਰੀਆਂ ਸ਼ਹਿਰੀਆਂ ਕਰੀ ਦੀਆਂ, ਸੋਹਣੇ ਦੀ ਆਮਦ ਜਿਹੜੀ ਹੈ ਗੱਜ ਗੱਜ ਵੱਜ ਕੇ ਆਪਣਾ ਮਨਾਈ ਦੀ ਹੈ, ਠੀਕ ਹੈ। ਹਰ ਸਾਲ ਦੀ ਸਜਾਵਟ ਕਰੀ ਦੀ ਹੈ, ਅਤੇ ਸੋਹਣਾ ਨਿਜ਼ਾਮ ਬਣਾਈ ਦਾ। ਵਜ੍ਹਾ ਇਹ ਵੀ ਕਿ ਇਸ ਇਹਨਾਂ ਚੀਜ਼ਾਂ ਦੇ ਵਿੱਚ ਜਵਾਨ ਮੁੰਡੇ ਅਸੀਂ ਰਲ ਕੇ ਕਰਨੇ ਆ, ਸੋਹਣੇ ਦੀ ਆਮਦ ਵਾਸਤੇ ਜਿੰਨਾ ਹੋ ਸਕਦਾ ਅਸੀਂ ਮਿਸਲਨ ਕਰਨੇ ਆ, ਠੀਕ। ਜਲੂਸ ਵੀ ਕੱਢ ਦਿਓ। ਹਾਂਜੀ, 12 ਰਬੀ ਅਵਲ ਦਾ ਜਲੂਸ ਹੈ, ਇਹਨਾਂ 10-20 ਪਿੰਡਾਂ 'ਚ ਪਤਾ ਹੈ ਕਾਦੀਆਂ ਵਾਲੇ 'ਚ ਜਲੂਸ ਨਿਕਲਦਾ ਹੈ, ਸਾਰਾ ਨਿਜ਼ਾਮ ਹੈ, ਠੀਕ। ਤੁਹਾਡੇ ਪਿੰਡ ਨੂੰ ਕਾਦੀਆਂ ਵਾਲੀ ਕਿਉਂ ਕਹਿੰਦੇ? ਇਹ ਤਾਂ ਜੀ ਮੇਰੀ ਉਮਰ ਤਕਰੀਬਨ ਜਿਹੜੀ ਹੈ ਕੋਈ 50 ਦੇ ਲਗਭਗ, ਅਤੇ ਬਜ਼ੁਰਗਾਂ ਕੋਲੋਂ ਇਹ ਸੁਣਿਆ ਕਿ ਪਿੰਡ ਦਾ ਨਾਂ ਕਾਦੀਆਂ ਵਾਲੀ ਨਹੀਂ ਕਾਜ਼ੀਆਂ ਵਾਲੀ ਸੀ, ਠੀਕ ਹੈ। ਲੇਕਿਨ ਉਹ ਵਿਗੜਦਾ ਵਿਗੜਦਾ ਜਿਹੜਾ ਉਹ ਕਾਦੀਆਂ ਵਾਲੀ ਬਣ ਗਿਆ। ਲੇਕਿਨ ਅਲਹਮਦੁਲਿਲਾ ਇੰਜ ਦੀ ਕੋਈ ਚੀਜ਼ ਨਹੀਂ, ਮਤਲਬ ਕੋਈ ਮਰਜ਼ਾਈਅਤ ਨਹੀਂ ਇੱਥੇ, ਨਾ ਕੋਈ ਮਰਜ਼ਾਈ ਇੱਥੇ ਆਈ, ਨਾ ਇਨਸ਼ਾਅੱਲਾ ਅੱਲਾ ਪਾਕ ਦੀ ਮਿਹਰਬਾਨੀ ਨਾਲ ਇੱਥੇ ਅਸੀਂ ਕਿਸੇ ਨੂੰ ਇਸ ਪਾਸੇ ਹੋਣ ਹੀ ਦਿੰਦੇ ਹਾਂ। ਅਲਹਮਦੁਲਿਲਾ ਸਾਰੇ ਆਸ਼ਕੇ ਰਸੂਲ ਨੇ, ਅਤੇ ਮਾਸ਼ਾਅੱਲਾ ਸਾਡੇ ਪਿੰਡ ਦੇ ਜਿਹੜੇ ਨੌਜਵਾਨ ਨੇ ਇਹ ਬਹੁਤ ਸਾਰਾ ਕੰਮ ਜਿਹੜਾ ਉਹ ਕਰਦੇ ਨੇ ਪਏ ਮਿਲਾਦ ਦੇ ਦਿਨ ਨੇ ਹੁਣ, ਅਤੇ ਤੁਸੀਂ ਵੇਖਿਆ ਹੀ ਹੈ ਸਾਰੇ ਗਲੀਆਂ ਜਿਹੜੀਆਂ ਨੇ, ਇਨਸ਼ਾਅੱਲਾ ਹੋਰ 2 ਦਿਨ ਤੱਕ ਆ ਕੇ ਵੇਖੋ ਉਹਦੇ 'ਤੇ ਲਾਈਟਿੰਗ ਸ਼ਾਈਟਿੰਗ ਹਰ ਸਿਸਟਮ ਜਿਹੜਾ ਉਹ ਇਨਸ਼ਾਅੱਲਾ ਸਰਕਾਰ ਦੀ ਆਮਦ ਦੀ ਖੁਸ਼ੀ ਦੇ ਵਿੱਚ ਹੋਏਗਾ। ਅਤੇ ਵੈਸੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਨਸ਼ਾਅੱਲਾ ਆਪਣੇ ਪਿੰਡ ਦਾ ਨਾਂ ਜਿਹੜਾ ਮੁਹੰਮਦਪੁਰਾ ਰੱਖੀਏ, ਬੋਰਡ ਵਗੈਰਾ ਵੀ ਬਣਵਾਏ ਨੇ ਅਸੀਂ, ਅਤੇ ਇਨਸ਼ਾਅੱਲਾ ਆਉਣ ਵਾਲੇ ਵਕਤ ਦੇ ਵਿੱਚ ਜਿਹੜਾ ਉਹ ਸ਼ਊਰ ਦੇਣ ਡੇ ਹਾਂ ਅੱਗੋਂ ਲੋਕਾਂ ਨੂੰ ਕਿ ਜਿਹੜਾ ਇਹ ਨਾਂ ਚੇਂਜ ਕੀਤਾ ਜਾਏ, ਕਿਉਂਕਿ ਜਿੱਥੇ ਵੀ ਜਾਈਦਾ ਕਿਤੇ ਅਦਾਲਤ ਦੇ ਵਿੱਚ ਜਾਂ ਕਿਸੇ ਵੀ ਦਫ਼ਤਰ ਦੇ ਵਿੱਚ ਜਾਈਦਾ ਤਾਂ ਸਵਾਲ ਸਾਡੇ ਤੋਂ ਸਭ ਤੋਂ ਪਹਿਲੇ ਇਹੀ ਕਰਦੇ ਨੇ ਕਿ ਤੁਹਾਡੇ ਪਿੰਡ ਦਾ ਨਾਂ ਕਾਦੀਆਂ ਵਾਲੀ, ਇੱਥੇ ਕੋਈ ਮਰਜ਼ਾਈ ਰਹਿੰਦੇ ਨੇ, ਹਾਲਾਂਕਿ ਅਲਹਮਦੁਲਿਲਾ ਇੰਝ ਦੀ ਕੋਈ ਬੂਟੀ ਨਹੀਂ। ਨਾਜ਼ਰੀਨ, ਤੁਸੀਂ ਕਾਦੀਆਂ ਵਾਲੀ ਪਿੰਡ ਦੀ ਸੈਰ ਕੀਤੀ, ਇੱਥੋਂ ਦੇ ਲੋਕਾਂ ਦੇ ਮਸਾਇਲ ਜਾਣੇ, ਇਹਨਾਂ ਲੋਕਾਂ ਦਾ ਸਭ ਤੋਂ ਵੱਡਾ ਮਸਲਾ ਸਕੂਲ ਦਾ ਮਸਲਾ ਹੈ ਕਿ ਜਿਹੜਾ ਕਿ ਅਰਸੇ ਤੋਂ ਇਸ ਸਕੂਲ ਤੋਂ
ਇਹਨਾਂ ਨੂੰ ਸਕੂਲ ਦੀ ਸਹੂਲਤ ਮੌਜੂਦ ਨਹੀਂ ਔਰ ਇਹਨਾਂ ਦੇ ਬੱਚੇ ਜਿਹੜੇ ਨੇ ਉਹ ਨਾਲ ਦੇ ਪਿੰਡਾਂ 'ਚ ਬਲਕਿ ਚਵਿੰਡੇ ਪਸਰੂਰ ਜਾ ਕੇ ਆਪਣੀ ਤਾਲੀਮ ਨੂੰ ਹਾਸਲ ਕਰਦੇ ਨੇ ਪਏ ਅਤੇ ਹਕੂਮਤ ਜਿੱਥੇ ਇਹ ਨਾਅਰੇ ਲਾਉਂਦੀ ਹੈ ਕਿ ਅਸੀਂ ਪੜ੍ਹੇ ਲਿਖੇ ਪੰਜਾਬ ਦੇ ਵਾਸਤੇ ਬਹੁਤ ਕੰਮ ਕਰਨੇ ਆ ਪਏ ਅਤੇ ਮੇਰਾ ਖਿਆਲ ਹੈ ਕਿ ਇੱਕ ਐਡੀ ਵੱਡੀ ਮਿਸਾਲ ਮੈਂ ਤੁਹਾਨੂੰ ਦੇ ਰਿਹਾ ਕਿ ਇਸ ਪਿੰਡ ਦੇ ਵਿੱਚ ਗੌਰਮੈਂਟ ਦਾ ਕੋਈ ਵੀ ਸਕੂਲ ਹੀ ਨਹੀਂ ਹੈ ਅਤੇ ਹਕੂਮਤ ਦੇ ਇਹ ਜਿਹੜੇ ਨਾਅਰੇ ਨੇ ਮੈਨੂੰ ਤਾਂ ਇਹ ਖੋਖਲੇ ਨਜ਼ਰ ਆਉਂਦੇ ਨੇ। ਦੂਸਰਾ ਇਸ ਪਿੰਡ ਦੇ ਤੁਸੀਂ ਜ਼ਮੀਨ ਦੇ ਬਾਰੇ 'ਚ ਜਿਹੜਾ ਮਸਲਾ ਸੁਣਿਆ ਕਿ ਇੱਕ ਬੰਦੇ ਨੇ ਪੂਰੇ ਪਿੰਡ ਨੂੰ ਹੀ ਪਰੇਸ਼ਾਨੀ ਦੇ ਵਿੱਚ ਧਕੇਲਿਆ ਹੋਇਆ ਹੈ, ਪਰੇਸ਼ਾਨ ਕੀਤਾ ਹੋਇਆ ਹੈ ਔਰ ਇਹਦੇ ਅੱਗੇ ਮੈਨੂੰ ਹਕੂਮਤ ਵੀ ਬੇਬਸ ਨਜ਼ਰ ਆ ਰਹੀ ਹੈ ਅਤੇ ਮਿਹਰਬਾਨੀ ਕਰਕੇ ਇਹਨਾਂ ਲੋਕਾਂ ਦੇ ਮਸਾਇਲ ਨੂੰ ਹੱਲ ਕੀਤਾ ਜਾਏ ਤਾਂ ਕਿ ਇਹ ਲੋਕ ਵੀ ਆਜ਼ਾਦੀ ਦੇ ਨਾਲ ਪਾਕਿਸਤਾਨ ਦੇ ਅੰਦਰ ਜ਼ਿੰਦਗੀ ਨੂੰ ਗੁਜ਼ਾਰ ਸਕਣ ਅਤੇ ਪਾਕਿਸਤਾਨ ਦੀ ਖਿਦਮਤ ਕਰ ਸਕਣ। ਇਹਦੇ ਨਾਲ ਹੀ ਮੈਨੂੰ ਅਤੇ ਮੇਰੀ ਟੀਮ ਨੂੰ ਇਜਾਜ਼ਤ ਦਿਓ। ਅਸਲਾਮੁ ਅਲੈਕੁਮ। ਕੰਮ ਦਾ ਕਰਦੀਆਂ ਸੋ